ਕੋਰਟ ਨੇ ਹੁਣ ਜਿਹੜਾ ਸਾਨੂੰ ਟਾਈਮ ਦਿੱਤਾ 15 ਦਿਨ ਦਾ, 15 ਦਿਨ ਦੇ ਵਿੱਚ ਅਸੀਂ ਕੰਡੈਮਡ ਨੋਟਿਸ ਦਾ ਰਿਪਲਾਈ ਫਾਈਲ ਕਰਨਾ ਅਤੇ ਉਹਦੇ ਵਿੱਚ ਆਈ ਥਿੰਕ 13 ਸਤੰਬਰ ਡੇਟ ਜਿਹੜੀ ਫਿਕਸ ਕੀਤੀ ਹੋਈ ਹੈ ਕੋਰਟ ਨੇ, ਉਹ ਤੋਂ ਪਹਿਲਾਂ ਅਸੀਂ ਕੰਡੈਮ ਨੋਟਿਸ ਦਾ ਜਵਾਬ ਦੇਵਾਂਗੇ। ਅਤੇ ਅਸੀਂ ਰੈਗੂਲਰਲੀ ਅਪੀਲ ਪਹਿਲਾਂ ਹੋ ਰਹੇ ਸੀ ਕੰਟੀਨਿਊ, ਪਰ ਕੋਰਟ ਨੇ ਸਾਨੂੰ ਕੰਡੈਮ ਨੋਟਿਸ ਨੋਟ ਕਰਾਇਆ ਕਿ ਤੁਸੀਂ ਅਪੀਲ ਕਿਉਂ ਨਹੀਂ ਹੋ ਰਹੇ। ਪਰਸਨਲ ਅਪੀਅਰੈਂਸ ਜਿਹੜੀ ਉਹਨਾਂ ਦੀ ਹੈਗੀ ਸੀ ਉਹਦੇ 'ਤੇ 51 ਰਜਿਸਟਰਡ ਰਜਿਸਟਰਡ ਹੈਗੀਆਂ ਨੇ, ਉਹਦੇ ਵਿੱਚ 53 ਦੇ ਵਿੱਚ 39 ਕੇਸਾਂ ਦੇ ਵਿੱਚ ਤਕਰੀਬਨ ਅਸੀਂ ਬੇਲ 'ਤੇ ਹਾਂ, ਬਾਕੀਆਂ 'ਚ ਕੰਪਰੋਮਾਈਜ਼ ਹੈ। ਕੁਛ ਕੇਸ ਜਿਹੜੇ ਹੈਗੇ ਨੇ ਸਾਡੇ ਅਸੀਂ ਬੇਲ 'ਤੇ ਹੈ ਨਹੀਂ, ਉਹਨਾਂ 'ਚ ਉਹਨਾਂ 'ਚ ਬੇਲ ਅਸੀਂ ਅਪਲਾਈ ਕੀਤੀ ਹੋਈ ਹੈ। ਕੁਛ ਕੇਸਾਂ 'ਚ ਅਸੀਂ POB ਪ੍ਰੋਸੀਡਿੰਗ ਸਾਡੀਆਂ ਹੋਈਆਂ ਹੋਈਆਂ। ਅਲੀਵਾਲ ਜੀ, ਇਸ ਕੇਸ ਦੀ ਗੱਲ ਕਰੀਏ ਪਹਿਲਾਂ, ਕਿਉਂਕਿ ਐਡਵੋਕੇਟ ਵੀ ਸੀਨੀਅਰ ਪੇਸ਼ ਹੁੰਦੇ ਰਹੇ, ਹਾਂਜੀ, ਲਗਾਤਾਰ ਕੋਰਟ ਕਹਿੰਦੇ ਵੀ ਪੇਸ਼ ਹੁੰਦੇ ਰਹੇ, ਫਿਰ ਇੱਕ ਦਿਨ ਅਚਾਨਕ VC ਤੋਂ ਪੇਸ਼ ਹੋ ਗਏ, DGP ਸਾਹਮਣੇ ਖੜੇ ਸੀਗੇ, ਹਾਂਜੀ। ਅਤੇ ਹੁਣ ਫਾਈਨਲੀ 15 ਦਿਨ ਦਾ ਜਿਹੜਾ ਟਾਈਮ ਦਿੱਤਾ ਕੰਟੈਮਨ ਨੋਟਿਸ ਦਾ, ਅਤੇ ਤੁਹਾਨੂੰ ਕੀ ਲੱਗਦਾ ਕਿ ਬਾਕੀ ਤੁਹਾਡੇ ਕੇਸਾਂ 'ਚ ਅਰੈਸਟ ਬਾਕੀਆਂ ਦੀ ਪੁਲਿਸ ਪਾਏਗੀ ਜਾਂ ਕੀ ਚੱਲੇਗਾ? ਕਿ ਇਸ ਕੇਸ ਦੇ ਵਿੱਚ ਤਾਂ ਸਾਡੀ ਆਲਰੇਡੀ ਸੁਪਰੀਮ ਕੋਰਟ ਨੇ 4 ਆਰਡਰ ਜਿਹੜੇ ਹੈਗੇ ਸੀ ਉਹ ਸਟੇਅ ਚੱਲ ਰਹੇ ਨੇ, ਅਰੈਸਟ ਜਿਹੜੀ ਹੈਗੀ ਹੈ ਸਾਡੀ ਸਟੇਅ ਚੱਲ ਰਹੀ ਹੈ, ਅਤੇ ਬਾਕੀ ਕੇਸਾਂ ਦੇ ਵਿੱਚ ਅਸੀਂ ਬੇਲ ਅਪਲਾਈ ਕਰਤੀ ਹੈ। ਕੁਛ ਕੇਸਾਂ 6 ਕੇਸਾਂ ਦੇ ਵਿੱਚ ਅਸੀਂ ਕੱਲ੍ਹ ਸਮਝੌਤਾ ਜਿਹੜਾ ਕੰਪਰੋਮਾਈਜ਼ ਕਰ ਚੁੱਕੇ ਹਾਂ, ਬਾਕੀ ਕੇਸ ਜਿਹੜੇ ਪੈਂਡਿੰਗ ਕੇਸ ਆ ਅਸੀਂ ਜਲਦੀ ਤੋਂ ਜਲਦੀ ਉਹਨੂੰ ਕੰਪਲੀਟ ਕਰਕੇ ਮਾਫ਼ੀ ਮੰਗੀ ਹੈ ਕੋਰਟ 'ਚ? ਨਹੀਂ, ਮਾਫ਼ੀ ਤਾਂ ਮੰਗੀ ਹੈ, ਪਰ ਉਹਦੇ ਵਿੱਚ ਕੋਰਟ ਦੀ ਵਾਇਲੇਸ਼ਨ ਨਹੀਂ ਕੀਤੀ ਉਹਨਾਂ ਨੇ, ਕੋਰਟ ਨੂੰ ਅਪੀਲ ਹੋਏ ਨੇ ਜੋ ਕੋਰਟ ਨੇ ਆਰਡਰ ਕੀਤਾ ਸੀ, ਅਸੀਂ ਉਹਨੂੰ ਮੰਨਦੇ ਹਾਂ, ਕੋਰਟ ਨੂੰ ਮੰਨਣ ਦੇ ਮੁਤਾਬਕ ਉਹਨਾਂ ਨੇ ਸਰੈਂਡਰ ਕੀਤਾ ਰਾਤ। ਅਸੀਂ 13 ਸਤੰਬਰ ਨੈਕਸਟ ਡੇਟ ਆਫ ਹੀਅਰਿੰਗ ਆਫ 2024। ਇਹਨਾਂ ਨੇ ਮਿਲ ਕੇ ਸਾਡੇ ਕਲਾਇੰਟ ਨਾਲ ਇੱਕ ਪਾਰਟਨਰਸ਼ਿਪ ਕੀਤੀ ਸੀਗੀ ਕਿ ਆਪਾਂ ਇੱਕ ਫਰਮ ਸਟਾਰਟ ਕਰਾਂਗੇ, ਬਾਜਵਾ ਨੇ 25 ਏਕੜ ਜ਼ਮੀਨ ਦੇਣੀ ਸੀਗੀ, ਸਾਡੇ ਕਲਾਇੰਟ ਨੇ ਪੈਸੇ ਲਾਣੇ ਸੀਗੇ, 1500 ਫਲੈਟ ਬਣਾਉਣ ਦਾ ਇਹ ਪ੍ਰੋਜੈਕਟ ਸੀਗਾ। 2012 ਵਿੱਚ ਸਾਡੇ ਕਲਾਇੰਟ ਨੇ 2.5 ਕਰੋੜ ਰੁਪਏ ਇਹਨੂੰ ਬਾਜਵਾ ਨੂੰ ਬਾਕੀ ਲੋਕਾਂ ਨੂੰ ਦਿੱਤਾ, ਅਤੇ ਉਦੋਂ ਤੋਂ ਲੈ ਕੇ ਇਹ 25 ਕਰੋੜ ਜ਼ਮੀਨ ਇਹਨੇ ਸਾਰੀ ਆਪਣੇ ਡਿਵੈਲਪਮੈਂਟ ਕਰਕੇ, ਰੋਡ ਵਗੈਰਾ ਜੋ ਨੋਰਮਲ ਡਿਵੈਲਪਮੈਂਟ ਸੀਗੀ ਉਹ ਕਰਕੇ ਇਹਨੇ ਦੇਣੀ ਸੀਗੀ, ਇਹਨੇ ਦਿੱਤੀ ਨਹੀਂ। ਹੀ ਹੈਜ਼ ਬਿਕਮ ਡਿਫੋਲਟਰ ਇਨ ਦੈਟ, ਜੋ ਕਿ ਸਰ ਜਗ ਜ਼ਾਹਿਰ ਹੈ ਕਿ ਕਰਦਾ ਹੀ ਲੋਕਾਂ ਨਾਲ ਹੀ ਹੈ। ਅਤੇ ਉਦੋਂ ਤੋਂ ਲੈ ਕੇ ਇਹਦੇ ਨਾਲ ਸਾਡਾ ਕਲਾਇੰਟ ਗੱਲਬਾਤ ਕਰਦੇ ਰਹੇ, ਜਿ ਦਿੰਦੇ ਹਾਂ ਜੀ, ਕਰਦੇ ਹਾਂ ਜੀ, ਜੋ ਵੀ ਸੈਟਿੰਗ ਇਹਦੀ ਚੱਲਦੀ ਰਹੀ। ਇਨ ਦਾ ਮੇਨ ਟਾਈਮ ਉਸ 25 ਏਕੜ ਲੈਂਡ ਵਿੱਚ ਇਹਨੇ ਕਈ ਦੂਜੇ ਇੱਕ ਬਿਲਡਰ ਸੀਗਾ ਉਹਨੂੰ ਜ਼ਮੀਨ ਵੇਚਤੀ, ਜਿੱਦਾਂ ਸਾਡੇ ਕਲਾਇੰਟ ਨੂੰ ਇਹ ਗੱਲ ਪਤਾ ਲੱਗੀ ਉਹਨੇ ਕੰਪਲੇਂਟ ਫਾਈਲ ਕੀਤੀ। ਕਿੱਥੇ ਸੀਗੀ ਲੈਂਡ? ਇਹ ਸਰ ਸੈਕਟਰ 124 ਸਨ ਇਨਕਲੇਵ ਮੋਹਾਲੀ, ਉੱਥੇ ਦੀ ਲੈਂਡ ਸੀਗੀ। ਅਤੇ ਜਦ ਸਾਡੇ ਕਲਾਇੰਟ ਨੂੰ ਪਤਾ ਲੱਗੀ ਉਹਨੇ ਕੰਪਲੇਂਟਾਂ ਫਾਈਲ ਕੀਤੀ, ਕੰਪਲੇਂਟ 'ਤੇ ਕੋਈ ਕਾਰਵਾਈ ਨਹੀਂ ਹੋਈ, ਫਿਰ ਉਹਨੇ ਖਰੜ ਕੋਰਟ ਵਿੱਚ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ। ਉਸ ਖਰੜ ਕੋਰਟ ਵਿੱਚ ਕ੍ਰਿਮੀਨਲ ਕੰਪਲੇਂਟ ਵਿੱਚ ਇਹਨੂੰ ਸਮਨਿੰਗ ਹੋਈ, ਇਨੀਸ਼ੀਅਲੀ ਅਪੀਅਰ ਹੋਇਆ, ਉਹਦੇ ਬਾਅਦ ਇਹਨੇ ਅਪੀਅਰ ਹੋਣਾ ਬੰਦ ਕਰਤਾ, ਅਪੀਅਰ ਹੋਣਾ ਬੰਦ ਕਰਤਾ, ਇਹ PO ਹੋ ਗਿਆ ਜੁਲਾਈ 2022 ਵਿੱਚ। ਉਹਦੇ ਬਾਅਦ PO ਆਰਡਰ ਦੇ ਖਿਲਾਫ ਇਹ ਹਾਈਕੋਰਟ ਆ ਗਿਆ। ਉਹਦੇ ਵਿੱਚ ਮੈਨੂੰ ਇੰਟਰਸਟਿੰਗ ਸਟੋਰੀ ਤੁਹਾਨੂੰ ਦੱਸਦਾ, 2022 ਵਿੱਚ PO ਹੋਇਆ ਜੁਲਾਈ ਵਿੱਚ, ਠੀਕ ਹੈ, ਕੋਰਟ ਨੇ ਆਰਡਰ ਕੀਤਾ ਖਰੜ ਥਾਣੇ ਨੂੰ ਕਿ ਵੀ 174 ਦੀ ਕਾਰਵਾਈ ਦੇ ਖਿਲਾਫ ਕੀਤੀ ਜਾਵੇ, ਜੋ ਕਿ ਪ੍ਰੋਸੀਜਰ ਹੈ, ਬੰਦਾ PO ਡਿਕਲੇਅਰ ਹੁੰਦਾ, ਤੁਸੀਂ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਹੈ। ਪੁਲਿਸ ਇੰਨੀ, ਤੁਹਾਨੂੰ ਪਤਾ ਪੁਲਿਸ ਨਾਲ ਕਿੰਨੀ ਇਹਦੀ ਕ੍ਰਾਈਮੈਂਸ ਹੈਗੀ ਹੈ, ਪੁਲਿਸ ਨੇ ਟਾਈਮ ਦਿੱਤਾ ਹੀ ਨਹੀਂ, ਇਹਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਉਸ PO ਆਰਡਰ ਦੇ ਖਿਲਾਫ, ਝੂਠ ਬੋਲ ਕੇ ਇਹਨੇ ਉੱਥੋਂ ਬੇਲ ਲੈ ਲਈ, ਸਟੇਅ ਲੈ ਲਿਆ ਉਹਦਾ, ਠੀਕ ਹੈ, ਅਤੇ ਇਹਦਾ ਉਹਦੇ ਕੋਲ ਸਟੇਅ ਲੈ ਲਿਆ, ਪੁਲਿਸ ਨੇ ਇਹਦੇ ਖਿਲਾਫ FIR ਦਰਜ ਨਹੀਂ ਕੀਤੀ। ਪੁਲਿਸ ਨੇ 1 ਸਾਲ ਬਾਅਦ, ਇੱਕ 174 ਦੀ ਜਿਹੜੀ FIR 215 ਨੰਬਰ ਹੈਗੀ ਹੈ, 1 ਸਾਲ ਬਾਅਦ ਦਰਜ ਕੀਤੀ, ਸੈਪਟੈਂਬਰ 2023 ਵਿੱਚ। ਉਹਦੇ ਵਿੱਚ ਪੁਲਿਸ ਨੇ ਲਿਖਤਾ ਵੀ ਇਹ ਜਿੱਦਾਂ ਕਿ ਬਾਜਵਾ ਨੇ ਬੇਲ ਲੈ ਲਈ ਹੈ, ਅਤੇ ਇਹਦੇ ਖਿਲਾਫ ਹੁਣ ਇਹਨੂੰ FIR 'ਚ ਇਨਕਲੂਡ ਕਰਨ ਦੀ ਲੋੜ ਨਹੀਂ ਹੈਗੀ ਹੈ, ਇਸ ਕਰਕੇ ਅਸੀਂ 2 ਬੰਦੇ ਖਿਲਾਫ, ਸੁਖਵਿੰਦਰ ਮੋਹਨ ਅਤੇ ਬਲਦੇਵ ਸਿੰਘ ਖਿਲਾਫ ਆਪਾਂ FIR ਦਰਜ ਕਰ ਰਹੇ ਹਾਂ। ਉਹ ਇਹਨੂੰ ਬੈਨੀਫਿਟ ਮਿਲ ਗਿਆ ਉਸ ਚੀਜ਼ ਦਾ, ਉਹਦੇ ਖਿਲਾਫ ਜਿੱਦਾਂ ਅਸੀਂ, ਸਾਨੂੰ ਪਤਾ ਲੱਗਿਆ ਇਸ ਚੀਜ਼ ਬਾਰੇ, ਅਸੀਂ ਹਾਈਕੋਰਟ ਵਿੱਚ ਇਹਦੀ ਕੈਂਸਲੇਸ਼ਨ ਫਾਈਲ ਕੀਤੀ, ਤਾਂ ਅਕਤੂਬਰ 2023 ਵਿੱਚ ਹਾਈਕੋਰਟ ਨੇ ਆਪਣੀ ਟਿੱਪਣੀ ਕੀਤੀ ਵੀ ਇਹਨੇ ਗਲਤ ਇਨਫੋਰਮੇਸ਼ਨ ਦੇ ਕੇ, ਕੋਰਟ ਵਿੱਚ ਗਲਤ ਸਬਮਿਸ਼ਨ ਦੇ ਕੇ ਬੇਲ ਲਿੱਤੀ ਹੈ, ਇਸ ਕਰਕੇ ਉਹ ਆਰਡਰ ਰਿਕਾਲ ਕੀਤਾ ਜਾਂਦਾ ਹੈ, ਇਹਨੂੰ ਡਾਇਰੈਕਸ਼ਨ ਕੀਤੀ ਜਾਂਦੀ ਹੈ ਕਿ ਵੀ ਹਾਈ ਕੋਰਟ ਵਿੱਚ ਪੇਸ਼ ਹੋਵੇ, ਰੈਗੂਲਰ ਬੇਲ ਵਾਸਤੇ ਅਪਲਾਈ ਕੀਤੇ ਵਿਦਇਨ 15 ਡੇਜ਼। ਉਹ ਇਹਨੇ ਨਹੀਂ ਕੀਤਾ,
ਤੇ ਉਹ 15 ਡੇਜ਼ ਦੀ ਪ੍ਰੋਟੈਕਸ਼ਨ ਵੀ ਖਤਮ ਹੋ ਗਈ। ਉਹਦੇ ਬੇ ਕੋਰਟ 'ਚ ਪੇਸ਼ ਨਹੀਂ ਹੋਇਆ, ਸਾਡੇ ਕੇਸਾਂ 'ਚ ਪੇਸ਼ ਨਹੀਂ ਹੋਇਆ, ਕਿਸੇ ਹੋਰ ਕੇਸਾਂ 'ਚ ਦੋ ਤਿੰਨ ਵਾਰੀ ਪੇਸ਼ ਹੋਇਆ। ਤੇ ਉਹਦੇ ਬਾਅਦ ਅਸੀਂ ਉਹ ਸਾਰੀ ਪਟੀਸ਼ਨ ਲਾ ਕੇ ਫਿਰ ਹਾਈਕੋਰਟ ਦਾਇਰ ਕੀਤੀ ਕਿ ਵੀ ਹਾਈ ਕਿ ਪੁਲਿਸ ਸਟੇਟਸ ਰਿਪੋਰਟ ਫਾਈਲ ਕਰੇ ਕਿ ਪਰਚਾ ਦਰਜ ਹੋ ਗਿਆ ਹੈ ਪ੍ਰਾਈਵੇਟ ਐਕਿਊਜ਼ ਖਿਲਾਫ, ਜਿਹੜੇ ਤਿੰਨ ਬੰਦੇ ਨੇ ਬਾਜਵਾ, ਸੁਖਵਿੰਦਰ ਤੇ ਬਲਦੇਵ, ਉਹਦੇ ਵਿੱਚੋਂ ਇੱਕ ਦੀ ਬੇਲ ਵੀ ਕੈਂਸਲ ਹੋ ਗਈ ਹੈ, ਬਟ ਸਟਿਲ ਪੁਲਿਸ ਹੈਜ਼ ਨੋਟ ਟੇਕਨ ਐਨੀ ਐਕਸ਼ਨ ਅਗੇਂਸਟ ਦੈਮ। ਸੈਕਿੰਡ ਪ੍ਰੇਅਰ ਮੈਂ ਕੀਤੀ ਵੀ ਇਹਨਾਂ ਖਿਲਾਫ਼ ਅਰੈਸਟ ਪ੍ਰੋਸੀਡਿੰਗ ਇਨੀਸ਼ੀਏਟ ਕੀਤੀ ਜਾਵੇ। ਥਰਡ ਪ੍ਰੇਅਰ ਮੈਂ ਇਹ ਵੀ ਕੀਤੀ ਵੀ ਜੇ ਪੁਲਿਸ ਸਾਡੀ ਨਹੀਂ ਕੁਛ ਕਰ ਸਕਦੀ ਤੇ ਲੋਕਲ ਪੁਲਿਸ ਨਹੀਂ ਕੁਛ ਕਰ ਸਕਦੀ, ਕਿਸੇ ਸੀਨੀਅਰ ਆਫਿਸਰ ਨੇ ਡਿਪਿਊਟ ਕੀਤਾ ਜਾਵੇ ਇਨਵੈਸਟੀਗੇਸ਼ਨ ਵਾਸਤੇ। ਉਹਦੇ ਵਿੱਚ ਜਸਟਿਸ ਓਨਰੇਬਲ ਮਿਸਟਰ ਜਸਟਿਸ ਸੰਦੀਪ ਮੋਦਗਿਲ ਜੀ ਨੇ SSP ਨੂੰ ਆਰਡਰ ਕੀਤਾ ਸੀਗਾ ਕਿ ਵੀ ਉਹ ਸਟੇਟਸ ਰਿਪੋਰਟ ਫਾਈਲ ਕਰਨ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਇਹਨਾਂ ਨੇ ਕੀ ਐਕਸ਼ਨ ਲਿੱਤਾ ਇਹਦੇ ਖਿਲਾਫ਼। ਉਹਦੇ ਅਕੋਰਡਿੰਗ ਸਾਰੀ ਕਾਰਵਾਈ ਹਾਲੇ ਤੱਕ ਚੱਲ ਰਹੀ ਸੀ। ਸਰ ਇਹਨੂੰ ਸਟਾਰਟਿੰਗ ਵਿੱਚ ਹੁਣ ਇਹਨੇ ਨੋਰਮਲ ਐਡਵੋਕੇਟ ਪੇਸ਼ ਹੋਇਆ ਦੇਖ ਬਿਹਾਫ ਤੇ, ਉਹ ਕਹਿੰਦੇ ਜੀ ਅਸੀਂ ਗੱਲ ਕਰਦੇ ਜੀ ਪੇਸ਼ ਕਰਦੇ ਹਾਂ। ਫਿਰ ਇਹਨੇ ਸੀਨੀਅਰ ਐਡਵੋਕੇਟ ਨੇ ਅਮੋਲ ਰਤਨ ਸਿੱਧੂ ਜੀ ਉਹਨਾਂ ਨੂੰ ਇੰਗੇਜ ਕੀਤਾ, ਉਹਨਾਂ ਨੇ ਸਬਮਿਸ਼ਨ ਇਹਨਾਂ ਦੇ ਬਿਹਾਫ ਤੇ ਦਿੱਤੀ ਕਿ ਜੀ ਵੀ ਉਹ ਟੱਚ ਵਿੱਚ ਨਹੀਂ ਹੈ, ਹੀ ਵਿਲ ਅਪੀਅਰ ਸਮਡੇ, ਹੀ ਵਿਲ ਅਪੀਅਰ ਵਨ ਡੇ। ਉਹਦੇ ਬਾਵਜੂਦ ਇਹ ਪੇਸ਼ ਨਹੀਂ ਹੋਇਆ, ਆਪਣਾ ਸਿੱਧੂ ਸਾਹਿਬ ਨੇ ਅਪੀਅਰ ਉਹਨਾਂ ਬੰਦ ਕਰਤਾ। ਨੈਕਸਟ ਡੇਟ ਤੇ ਵਿਪਿਨ ਗਈ ਸਾਹਿਬ ਪੇਸ਼ ਹੋਇਆ, ਉਹਨਾਂ ਨੇ ਵੀ ਸਬਮਿਸ਼ਨ ਦਿੱਤੀ ਕਿ ਵੀ ਹਾਂਜੀ ਆਪਾਂ ਇਹਨੂੰ ਪੇਸ਼ ਕਰਦਾਂਗੇ, ਇਹਨੂੰ ਮੈਂ ਕਹੂੰਗਾ ਜੀ ਪੇਸ਼ ਹੋਏ, ਉਹ ਪੇਸ਼ ਨਹੀਂ ਹੋਇਆ, ਗਈ ਸਾਹਿਬ ਨੇ ਪੇਸ਼ ਹੋਣਾ ਬੰਦ ਕਰਤਾ। ਹੁਣ ਲਾਸਟ 3 ਡੇਟਸ ਹੋਨਰੇਬਲ ਜੋ ਮਿਸਟਰ ਹੁੰਡਲ ਸਾਹਿਬ ਪੇਸ਼ ਹੋ ਰਹੇ ਨੇ, ਉਹਨਾਂ ਨੇ ਕਿਹਾ ਜੀ ਉਹ ਤਾਂ ਜੀ ਇੱਕ ਨਵਾਂ ਕੇਸ ਲੈ ਕੇ ਆ ਗਏ ਜੀ ਕਿ ਇਹਦੇ ਖਿਲਾਫ਼ ਜੀ ਕਾਰਵਾਈ ਕਰਨੀ ਹੀ ਨਹੀਂ ਬਣਦੀ, ਕਿ ਜਦਕਿ ਕੀ ਜੀ ਇਹਦਾ ਨਾਮ ਹੀ FIR ਵਿੱਚ ਇਨਕਲੂਡ ਨਹੀਂ ਹੈ। ਅਤੇ ਜੱਜ ਸਾਹਿਬ ਨੇ ਉਹਨਾਂ ਦੀ ਜਿੰਨੀ ਵੀ ਮਿਸਅੰਡਰਸਟੈਂਡਿੰਗ ਸੀਗੀ ਹੁੰਡਲ ਸਾਹਿਬ ਦੀ ਸਾਰੀ ਕਲੈਰੀਫਾਈ ਕੀਤੀ ਅਤੇ ਦੱਸਿਆ ਵੀ ਕਿ ਇਹਦਾ ਖਿਲਾ ਇਹਦਾ ਇਹਦੀ ਜਦ ਬੇਲ ਕੈਂਸਲ ਹੋ ਗਈ, PO ਆਰਡਰ ਸਟਿਲ ਸਟੈਂਡ ਕਰਦਾ ਹੈ ਤਾਂ ਆਟੋਮੈਟਿਕਲੀ ਹੀ ਇਜ਼ ਅ PO। ਅਤੇ ਜੱਜ ਸਾਹਿਬ ਨੇ ਉਹ ਸਾਰੀ ਚੀਜ਼ਾਂ ਕਲੈਰੀਫਾਈ ਕੀਤੀ ਹੁੰਡਲ ਸਾਹਿਬ ਦੀ। ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਵੀ ਇਹਨੂੰ ਪੇਸ਼ ਕਰੋ, ਕੰਟੈਂਪਟ ਨੋਟਿਸ ਦੇ ਖਿਲਾਫ਼ ਇਸ਼ੂ ਹੋਇਆ ਸਟਿਲ ਹੀ ਇਜ਼ ਨੋਟ ਅਪੀਅਰਿੰਗ। ਇਨ ਦਾ ਮੇਨ ਟਾਈਮ ਕੀ ਹੋਇਆ, ਇਹ ਸਾਰੇ ਆਰਡਰ ਖਿਲਾਫ਼ ਹੀ ਚਲ ਗਿਆ ਸੁਪਰੀਮ ਕੋਰਟ ਬਾਜਵਾ, ਉੱਥੋਂ ਸਟੇ ਲੈ ਕੇ ਆ ਗਿਆ ਕਿ ਜੀ ਮੇਰੀ ਅਰੈਸਟ ਸਹੀ ਕੀਤੀ ਜਾਵੇ। ਅਰੈਸਟ ਹਾਈ ਸੁਪਰੀਮ ਕੋਰਟ ਨੇ ਸਟੇ ਕਰਤੀ, ਬਟ ਸਪੈਸੀਫਿਕਲੀ ਲਿਖਿਆ ਕਿ ਜਿਹੜੀ ਟ੍ਰਾਇਲ ਪ੍ਰੋਸੀਡਿੰਗ ਹੈ ਦੈਟ ਵਿਲ ਕੰਟੀਨਿਊ, ਅਤੇ ਅਰੈਸਟ ਸਟੇ ਕੀਤੀ ਸਬਜੈਕਟ ਟੂ ਕੋਪਰੇਸ਼ਨ ਇਨ ਦੀ ਇਨਵੈਸਟੀਗੇਸ਼ਨ। ਇਟ ਮੀਨਸ ਦੀ ਬਾਜਵਾ ਹੈਜ਼ ਟੂ ਜੁਆਇਨ ਦੀ ਇਨਵੈਸਟੀਗੇਸ਼ਨ ਆਫ ਦਿਸ FIR 215, ਹੀ ਹੈ ਨੈਵਰ ਜੁਆਇਨ ਦੀ ਇਨਵੈਸਟੀਗੇਸ਼ਨ, ਅਤੇ ਦੈਟ ਪ੍ਰੋਟੈਕਸ਼ਨ ਹੈਜ਼ ਆਲਸੋ ਗੋਨ। ਹੁਣ ਕੰਟੈਂਪਟ ਨੋਟਿਸ ਦੇ ਖਿਲਾਫ਼ ਸੀਗਾ, ਪੇਸ਼ ਕਿਤੇ ਹੋਇਆ ਨਹੀਂ, ਠੀਕ ਹੈ। ਇਸ ਕਰਕੇ ਜੱਜ ਸਾਹਿਬ ਨੇ DGP ਨੂੰ ਬੁਲਾਇਆ ਸੀਗਾ ਕਿ ਵੀ ਇਹਦੇ ਖਿਲਾਫ਼ ਕਿੰਨੇ FIRs ਨੇ ਸਟੇਟ ਆਫ ਪੰਜਾਬ ਵਿੱਚ, ਉਹਦੀ ਡਿਟੇਲ ਦਿੱਤੀ ਜਾਵੇ ਕੀ ਸਟੇਟਸ ਰਿਹਾ, ਕਿੰਨਿਆਂ ਵਿੱਚ PO ਹੈ, ਕਿੰਨੇ ਵਿੱਚ PO ਹੋ ਕੇ ਅਸੀਂ ਪੇਸ਼ ਹੋ ਕੇ ਬੇਲ ਲਈ ਹੈ, ਕੀ ਕੁਛ ਚੱਲ ਰਿਹਾ ਦੇਖ ਲਾ। ਹੁਣ ਸਰ ਹੋਇਆ ਕਿ ਕੱਲ ਰਾਤੀ ਆਪਣਾ ਪੁਲਿਸ ਨੇ, ਸੋਹਾਣਾ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਅਤੇ ਅਰੈਸਟ ਕਰਕੇ ਐਜ਼ ਪਰ ਦੀ ਆਰਡਰ ਆਫ ਦੀ ਕੋਰਟ ਉਹਨੂੰ ਇੱਥੇ ਪੇਸ਼ ਕੀਤਾ, ਠੀਕ ਹੈ। ਅਤੇ ਪੇਸ਼ ਹੋਣ ਤੋਂ ਬਾਅਦ ਹੁਣ ਇੱਥੇ ਗੱਲ ਇਹ ਹੈ ਕਿ ਵੀ ਜੱਜ ਸਾਹਿਬ ਨੇ ਇਹਨੂੰ ਪੁੱਛਿਆ ਵੀ ਹਾਂ ਵੀ ਕੰਟੈਂਪਟ ਨੋਟਿਸ ਦਾ ਰਿਪਲਾਈ ਕੀ ਹੈ, ਉਹਨੇ ਹੱਥ ਬੰਨ ਕੇ ਜਿਹੜਾ ਉਹਨੇ ਕਹਿਣਾ ਸੀਗਾ ਜੀ ਮੇਰੀ ਗਲਤੀ ਹੋ ਗਈ ਜੀ, ਫਲਾਣਾ ਡਿਮਕਾਣਾ, ਮੈਂ ਜੀ ਕੰਪਰੋਮਾਈਜ਼ ਕਰਨ ਵਾਸਤੇ ਲੋਕਾਂ ਕੋਲ ਗਿਆ ਹੋਇਆ ਸੀਗਾ, ਮੈਨੂੰ ਥੋੜ੍ਹਾ ਟਾਈਮ ਦੇ ਦਿਓ, ਮੈਂ ਰਿਪਲਾਈ ਫਾਈਲ ਕਰਦਾ। ਉਹਦੇ ਵੀ ਹਫ਼ਤੇ ਜੱਜ ਸਾਹਿਬ ਨੇ ਇਹਨੂੰ 15 ਦਿਨ ਦਾ ਟਾਈਮ ਦਿੱਤਾ, ਕੰਟੈਂਪਟ ਨੋਟਿਸ ਦਾ ਰਿਪਲਾਈ ਫਾਈਲ ਕਰੂਗਾ, ਪਲੱਸ ਜਿੰਨੇ ਇਹਦੇ ਐਸੈਟ ਨੇ, ਜਿੰਨੀ ਇਹਦੀ ਪ੍ਰੋਪਰਟੀਜ਼ ਨੇ ਇਹਦੇ, ਪਲੱਸ ਇਹਦੀ ਕੰਪਨੀ ਦੇ ਨਾਮ ਦੇ, ਉਹ ਸਾਰਿਆਂ ਦੀ ਡਿਟੇਲ ਇਹ ਦਊਗਾ, ਇਹ ਜੱਜ ਸਾਹਿਬ ਨੇ ਇਹਨੂੰ ਕਿਹਾ। ਅਤੇ ਹੁਣ ਪੁਲਿਸ ਉਹਨੂੰ ਲੈ ਗਈ ਉੱਥੇ ਪੇਸ਼ ਕਰਨ ਵਾਸਤੇ ਮਜਿਸਟਰੇਟ ਕੋਲ, ਉੱਥੇ ਹੁਣ ਅੱਗੇ ਜਿੰਨੇ ਵੀ ਕੇਸਾਂ 'ਚ ਪੇਸ਼ ਹੋਣਗੇ, 21 ਕੇਸਾਂ 'ਚ ਇਹਦੀ ਅਰੈਸਟ ਪੈਂਡਿੰਗ ਹੈ, ਲੈਟ ਸੀ ਕਿਹਦੇ 'ਚ ਪੇਸ਼ ਕਰਦੇ ਨੇ, ਕਿਹਦੇ 'ਚ ਅੱਗੇ ਪਾਉਂਦੇ ਨੇ, ਇਹ ਤਾਂ ਪੁਲਿਸ ਦੇ ਉੱਤੇ ਹੁਣ। ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਤਾਂ 1500 ਫਲੈਟ ਬਣਾਉਣ ਦਾ ਇੱਕ ਪ੍ਰੋਜੈਕਟ ਸੀ ਜਿਸ ਨੂੰ ਲੈ ਕੇ ਧੋਖਾਧੜੀ ਦੇ ਇਲਜ਼ਾਮ ਜੋ ਨੇ ਉਸ ਦੇ ਉੱਤੇ ਲੱਗੇ ਨੇ। ਕਿਹਾ ਜਾ ਰਿਹਾ ਕਿ ਸ਼ਿਕਾਇਤਕਰਤਾ ਦੇ ਵੱਲੋਂ ਜੋ 25 acres ਜ਼ਮੀਨ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੇ ਵੱਲੋਂ ਦਿੱਤੀ ਜਾਣੀ ਸੀ, ਸ਼ਿਕਾਇਤਕਰਤਾ ਦੇ ਵੱਲੋਂ ਉਸਦੇ ਉੱਤੇ ਫਲੈਟ ਬਣਾਏ ਜਾਣੇ ਸੀ ਤੇ 2.5 crore ਰੁਪਇਆ ਉਸਨੂੰ ਦੇ ਵੀ ਦਿੱਤਾ ਗਿਆ ਸੀ। ਤਾਂ 25 acres ਜ਼ਮੀਨ ਪੂਰੀ ਨਾ ਦੇਣ ਦੇ ਉੱਤੇ ਸ਼ਿਕਾਇਤਕਰਤਾ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕਰੀਬ 1 ਸਾਲ ਬਾਅਦ ਹੁਣ
ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ 2.5 ਕਰੋੜ ਰੁਪਏ ਉਸਨੂੰ ਪੂਰੀ ਜ਼ਮੀਨ ਦੇ ਵਿੱਚ ਦਿੱਤੇ ਗਏ ਸੀ ਅਤੇ ਉਸਨੇ ਜ਼ਮੀਨ ਦੇਣੀ ਸੀ ਸਨੀ ਇਨਕਲੇਵ ਦੇ ਮਾਲਕ ਦੇ ਵੱਲੋਂ ਜ਼ਮੀਨ ਦੇਣੀ ਸੀ ਬਿਲਡਰ ਨੂੰ ਜਿਸ ਦੇ ਉੱਤੇ 1500 ਫਲੈਟ ਬਣਾਏ ਜਾਣੇ ਸੀ ਪਰ ਜ਼ਮੀਨ ਪੂਰੀ ਨਾ ਮਿਲਣ ਦੇ ਉੱਤੇ ਸ਼ਿਕਾਇਤਕਰਤਾ ਦੇ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਸੀ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹਾਈ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਸਨੀ ਬਾਜਵਾ ਨੂੰ 30 ਅਗਸਤ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਇਸ ਮੌਕੇ ADGP ਪ੍ਰਵੀਨ ਸਿੰਨਾ ਅਤੇ SSP ਮੋਹਾਲੀ ਦੀਪਕ ਪਾਰਿਕ ਵੀ ਅਦਾਲਤ ਵਿੱਚ ਮੌਜੂਦ ਸਨ ਦੱਸ ਦਈਏ ਕਿ ਬੀਤੀ ਦੇਰ ਸ਼ਾਮ ਮੋਹਾਲੀ ਪੁਲਿਸ ਨੇ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਸੀ ਉਸਨੂੰ ਸੁਹਾਣਾ ਥਾਣੇ ਦੀ ਹਵਾਲਾਤ ਦੇ ਵਿੱਚ ਰੱਖਿਆ ਗਿਆ ਸੀ ਸੁਹਾਣਾ ਥਾਣੇ ਵਿੱਚ ਦਰਜ ਪੁਰਾਣੇ ਮਾਮਲੇ 'ਚ ਬਾਜਵਾ ਦੀ ਗ੍ਰਿਫਤਾਰੀ ਪਾਈ ਗਈ ਹੈ ਉਂਝ ਉਸ ਖਿਲਾਫ਼ ਵੱਖ ਵੱਖ ਥਾਣਿਆਂ ਵਿੱਚ ਕਈ ਪਰਚੇ ਦਰਜ ਹਨ ਪੰਜਾਬ ਪੁਲਿਸ ਅਤੇ ਸਿਆਸੀ ਆਗੂਆਂ ਨਾਲ ਉਸਦਾ ਚੰਗਾ ਰਸੂਖ ਹੋਣ ਕਰਕੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀ ਦਰਅਸਲ ਪੰਜਾਬ ਪੁਲਿਸ 1 ਸਾਲ ਤੱਕ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਜਿਸ 'ਤੇ ਹਾਈ ਕੋਰਟ ਨੇ ਮੋਹਾਲੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਜਰਨੈਲ ਸਿੰਘ ਬਾਜਵਾ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।